ਤੂੜੀ ਨੂੰ ਛੱਡ ਦੇ ਲਸੂੜੀ ਨੂੰ ਛੱਡ ਦੇ ਜ਼ਮਾਨੇ ਦੀ ਸਾਰੀ ਪਸੂੜੀ ਨੂੰ ਛੱਡ ਦੇ ਬਰਬਾਦੀ ਨੂੰ ਛੱਡਿਆ ਗੁਜ਼ਾਰਾ ਨਹੀਂ ਹੋਣਾ ਮੁਹੰਮਦ ਨੂੰ ਛੱਡਿਆ ਗੁਜ਼ਾਰਾ ਨਹੀਂ ਹੋਣਾ ਜਿੱਥੇ ਆਦਮ ਤੇ ਮੂਸਾ ਈਸਾ ਵੀ ਡੋਲੇ ਯੂਸਫ ਤੇ ਯੂਨਸ ਲੁਕਣ ਸਾਰੇ ਓਲੇ ਉੱਥੇ ਹਰ ਨਵੀ ਇੱਕੋ ਬੋਲ ਬੋਲੇ ਬਿਨਾ ਮੁਸਤਫਾ ਛੁਟਕਾਰਾ ਨਹੀਂ ਹੋਣਾ ਮੁਹੰਮਦ ਨੂੰ ਛੱਡਿਆ ਗੁਜ਼ਾਰਾ ਨਹੀਂ ਹੋਣਾ ਉਹ ਮਾਸ਼ਰ ਦੇ ਰੋਜ਼ ਜਦੋਂ ਧੁੱਪ ਨੇ ਸਤਾਣਾ ਮੁੰਡੇ ਕੀ ਬੇਰੀਆਂ ਦਰਾਨ ਵਾਲਿਆਂ ਵੀਰਾਂ ਆਪਣਾ ਤੇ ਮੇਰਾ ਮਸਲਕ ਨੋਟ ਕਰ ਲੈਣਾ ਮਾਸ਼ਰ ਦੇ ਰੋਜ਼ ਜਦੋਂ ਧੁੱਪ ਨੇ ਸਤਾਣਾ ਉਹ ਮਾਸ਼ਰ ਦੇ ਰੋਜ਼ ਜਦੋਂ ਧੁੱਪ ਨੇ ਸਤਾਣਾ ਫਿਰ ਪੀਰ ਮਲੰਗ ਤੇਰਾ ਨਜ਼ਰ ਹੀ ਨਹੀਂ ਆਉਣਾ ਤਰਪਾਨ ਜੰਨਤ ਕੁੰਡਾ ਨਹੀਂ ਲਾਣਾ ਤਰਪਾਨ ਜੰਨਤ ਕੁੰਡਾ ਨਹੀਂ ਲਾਣਾ ਉਹ ਜਦ ਤੱਕ ਮੁਹੰਮਦੀ ਇਸ਼ਾਰਾ ਨਹੀਂ ਹੋਣਾ ਸੱਲੱਲਾਹੋ ਅਲੈਹੀ ਵਸੱਲਮ ਸਾਰੇ ਲੋਕ ਚੱਲ ਕੇ ਨਾ ਤੇਰੇ ਮੇਰੇ ਪੀਰੋ ਮੁਰਸ਼ਦ ਆਮਨਾ ਦੇ ਲਾਲ ਜਨਾਬੇ ਮੁਹੰਮਦ ਸੱਲੱਲਾਹੋ ਅਲੈਹੀ ਵਸੱਲਮ ਦੇ ਕੋਲ ਆ ਗਿਆ ਆ ਗਿਆ ਦਿਨ ਸੋਹਣੇ ਆ ਬੜੇ ਪਰੇਸ਼ਾਨ ਆ ਸਾਰੇ ਨਬੀਆਂ ਨੇ ਟੋਰ ਛੱਡਿਆ ਪਰ ਤੁਹਾਡੇ ਕੋਲ ਆਇਆ ਸਾਰਿਆਂ ਨੇ ਇਹੋ ਹੀ ਆਖਿਆ ਤੁਹਾਡੇ ਬਿਨਾ ਗੱਲ ਨਹੀਂ ਬਣਨੀ ਮਹਿਬੂਬ ਅਸੀਂ ਬੜੇ ਪਰੇਸ਼ਾਨ ਅੱਲਾਹ ਕੋਲ ਦੁਆ ਕਰੋ ਅੱਲਾਹ ਹਿਸਾਬੋ ਕਿਤਾਬ ਦਾ ਮਾਮਲਾ ਸ਼ੁਰੂ ਕਰ ਛੜੇ ਤੇਰੇ ਮੇਰੇ ਪੀਰੋ ਮੁਰਸ਼ਦ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਫਰਮਾਉਂਦੇ ਨੇ ਹਾਂ ਮੈਂ ਕੁਝ ਕਰਨਾ ਅੱਲਾ ਦੇ ਨਬੀ ਅੱਲਾ ਦੇ ਅਰਸ਼ ਦੇ ਸਾਏ ਨੀਚੇ ਜਾ ਕੇ ਮੇਰੇ ਨਬੀ ਸਜਦੇ ਦੇ ਅੰਦਰ ਪੈ ਜਾਣਗੇ ਔਰ ਬੜਾ ਹੀ ਲੰਬਾ ਸਜਦਾ ਹਜ਼ਰਤ ਫਰਮਾਉਂਦੇ ਨੇ ਮੈਂ ਬੜਾ ਹੀ ਲੰਬਾ ਸਜਦਾ ਕਰਾਂਗਾ ਬੜਾ ਹੀ ਲੰਬਾ ਸਜਦਾ ਜਿੰਨਾ ਮੇਰਾ ਅੱਲਾ ਚਾਹੇਗਾ ਉਨਾ ਲੰਬਾ ਸਜਦਾ ਕਰਾਂਗਾ ਅੱਲਾਹੁ ਅਕਬਰ ਅੱਲਾਹ ਜ਼ਰਾ ਤਵੱਜੋ ਕਰਦੇ ਜਾਇਆ ਜੇ ਮੌਜੂਦ ਨੇ ਤੇ ਚਲੋ ਇਨਸ਼ਾਲਾ ਜਲਦੀ ਗੱਲ ਮੁਕਾਨੇ ਅੱਲਾ ਦੇ ਚਾਹੇ ਇਨਸ਼ਾਲਾ ਪੰਜ ਦਸ ਆ ਦੋ ਸ਼ੋ ਦਿਓ ਨਾ ਇਨਸ਼ਾਲਾ ਅੱਲਾ ਹੀ ਚੱਲੇ ਇਨਸ਼ਾਲਾ ਚਲੋ ਇਨਸ਼ਾਲਾ ਤਵੱਜੋ ਕਰਿਆ ਜੇ ਨਬੀ ਅਲੈਹਿ ਸਲਾਮ ਸਜਦੇ ਨੇ ਆਵਾਜ਼ ਆਉਂਦੀ ਰਫਾ ਰਾਸਾ ਕਸਲ ਤੋ ਤਾ ਵਸ਼ਫਾ ਤੋ ਸ਼ਫਾ ਐ ਮੁਹੰਮਦ ਕਹਿ ਦਿਓ ਸਾਰੇ ਬੋਲੋ ਸੱਲੱਲਾਹੁ ਸੱਲਮ ਸੋਹਣਿਆ ਸਰ ਚੁੱਕੋ ਸਵਾਲ ਕਰੋ ਦਿੱਤਾ ਜਾਏਗਾ ਸਿਫਾਰਿਸ਼ ਕਰੋ ਕਬੂਲ ਕੀਤੀ ਜਾਏਗੀ ਅੱਲਾਹੁ ਅੱਲਾਹ ਆਦਿ ਨੂੰ ਦੋ ਗੁਰਵਾਤਾਂ ਸੁਣਾ ਕੇ ਬਾਤ ਨੂੰ ਖਤਮ ਕਰਾਂ ਮਜ਼ਮੂਨ ਅੱਲਾਹ ਜਾਣਦਾ ਬੜਾ ਲੰਬਾ ਸੀ ਤੇ ਮੈਨੂੰ ਤੇ ਇੰਝ ਸੀ ਕਿ ਉਲਾਮਾ ਜੇ ਨਾ ਵਕਤ ਦੇ ਨਾਲ ਤੇ ਅੱਲਾਹ ਦੀ ਰਹਿਮਤ ਮਾਸ਼ਾਅੱਲਾ ਇਹ ਸਦਾਮ ਰਬਾਨੀ ਸਾਹਿਬ ਦੀ ਮੌਲਾ ਸ਼ਾਹਦ ਮਹਿਮੂਦ ਬਾਜਵਾ ਸਾਹਿਬ ਦੀ ਮੁਹੱਬਤ ਹੈ ਕਿ ਉਲਾਮਾ ਵਕਤ ਦੇ ਨਾਲ ਤਸ਼ਰੀਫ ਫਰਮਾ ਨੇ ਅੱਲਾਹੁ ਅਕਬਰ ਅੱਲਾਹ ਜ਼ਰਾ ਗੌਰ ਕਰਿਆ ਜੇ ਦੋ ਤਿੰਨ ਰਵਾਇਤਾਂ ਜ਼ਰਾ ਸੁਣ ਲਓ ਹਜ਼ਰਤ ਔਫ ਬਿਨ ਮਾਲਕ ਅੱਛਾ ਹੀ ਫਰਮਾਉਂਦੇ ਨਬੀ ਅਲੈਹਿ ਸਲਾਮ ਨੇ ਫਰਮਾਇਆ ਕਿ ਮੈਨੂੰ ਅੱਲਾਹ ਪਾਕ ਨੇ ਨਾ ਅੱਧੀ ਉਮਤ ਦਾ ਆਖਿਆ ਜਾਂ ਇਖਤਿਆਰ ਦਿੱਤਾ ਸ਼ਫਾਤ ਕਰਾਂ ਮੈਂ ਸ਼ਫਾਤ ਨੂੰ ਪਸੰਦ ਕੀਤਾ ਸਿਆਬਿਆਂ ਦਾ ਸੁਣਿਆ ਅੱਧੀ ਉਮਤ ਲੈ ਜਾਊਗਾ ਆਪ ਫਰਮਾਉਂਦੇ ਨੇ ਨਹੀਂ ਮੈਂ ਸ਼ਫਾਤ ਪਸੰਦ ਕੀਤੀ ਹੈ ਕਿਉਂ ਹੀ ਆਲੇ ਕੁੱਲੇ ਮੁਸਲਿਮਿਨ ਹਰ ਮੁਸਲਮਾਨ ਜਿਹੜਾ ਨਾ ਉਸ ਸ਼ਫਾਤ ਦੇ ਅੰਦਰ ਸ਼ਾਮਿਲ ਹੋਏਗਾ ਲਿਮਨ ਮਾਤਾ ਲਾ ਯੁਸ਼ਰੀਕੁ ਬਿੱਲਾਹ ਸ਼ਈਆ ਜਿਹੜਾ ਸ਼ਿਰਕ ਨਹੀਂ ਕਰਦਾ ਮੁਸਲਮਾਨ ਪੱਕਾ ਸੱਚਾ ਉਹਨੂੰ ਮੇਰੀ ਸ਼ਫਾਤ ਪਹੁੰਚੇਗੀ ਉਹ ਮੇਰੀ ਸ਼ਫਾਤ ਨਾਲ ਜੰਨਤ ਦੇ ਅੰਦਰ ਚਲਾ ਜਾਏਗਾ